ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੋੜੇ ਨੇ। ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਏ ਜੀ। ਸਤਿ ਸ਼੍ਰੀ ਅਕਾਲ ਭੰਨੂ ਸਾਹਿਬ, ਸ਼ੁਕਰੀਆ ਜੀ। ਮਾਲੀ ਸਾਹਿਬ ਦੇਖੋ, ਗੱਲ ਤਾਂ ਕਾਂਗਰਸੀ ਕਰ ਰਹੇ ਨੇ ਕਿ ਅਸੀਂ ਸਰਕਾਰ ਬਣਾਵਾਂਗੇ ਆਪਣੀ 27 ਦੇ ਵਿੱਚ, ਤੇ ਮੈਨੂੰ ਥੋੜਾ ਜਿਹਾ ਸਮਝਾਇਓ ਕਿ ਸਰਕਾਰ ਤੇ 27 ਦੇ ਅਰਸੇ ਦੌਰਾਨ ਜਿਹੜਾ ਲੀਡਰਸ਼ਿਪ ਕ੍ਰਾਈਸਿਸ ਆਪਣਾ ਉੱਭਰ ਰਿਹਾ ਕਾਂਗਰਸ ਆ, ਇਹਨੂੰ ਰੱਖ ਕੇ ਆਪਾਂ ਕਿੱਥੇ ਦੇਖ ਸਕਦੇ ਹਾਂ? ਜਿਵੇਂ ਨਵੇਂ ਜਿਹੜੇ ਆਕਾ ਹੈਗੇ ਨੇ, ਕਹਿ ਲਓ ਕਿ ਦਵਿੰਦਰ ਯਾਦਵ ਲਾਏ ਨੇ, ਉਹਨਾਂ ਨੇ ਵੀ ਮੀਟਿੰਗ ਸੱਦੀ ਸੀ। ਉਸ ਮੀਟਿੰਗ ਦਾ ਵੀ ਜੋ ਕੁਛ ਅੰਦਰੋਂ ਤੇ ਬਾਹਰੋਂ ਆਪਣੇ ਕੋਲ ਸਾਰੀ ਜਾਣਕਾਰੀ ਆਈ ਕਿ ਕਿਵੇਂ ਕੀ ਕੁਛ ਹੋਇਆ, ਤੇ ਕੀ ਕੁਛ ਉੱਥੇ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਿਹਾ ਗਿਆ ਕਿ ਅਗਰ ਨਵਜੋਤ ਸਿੰਘ ਸਿੱਧੂ ਦਾ ਕੁਛ ਕਰੋ ਫਿਰ ਅੱਗੇ ਵਧਾਂਗੇ। ਸੋ ਗੱਲਬਾਤ ਕਿੱਥੇ ਖੜੀ ਹੈ ਇਹਨਾਂ ਹਾਲਾਤਾਂ ਦੇ ਵਿੱਚ? ਕਿਵੇਂ ਇੰਪਰੂਵ ਕਰੂਗੀ ਕਾਂਗਰਸ ਮਾਲੀ ਸਾਹਿਬ, ਤੇ ਅੱਜ ਦੀ ਘੜੀ ਤੁਸੀਂ ਕਿਵੇਂ ਦੇਖ ਰਹੇ ਹੋ ਆਪਣੇ ਸਿਆਸੀ ਤਜਰਬੇ ਨਾਲ? ਜੀ ਮਾਲੀ ਸਾਹਿਬ। ਭੰਗੂ ਸਾਹਿਬ, ਗੱਲ ਇਹ ਆ, ਅਸਲ ਸਮੱਸਿਆ ਸਿਆਸੀ ਲਾਈਨ ਦੀ, ਸਿਆਸੀ ਸਮਝ ਦੀ, ਸਿਆਸੀ ਸੰਕਲਪਾਂ ਦੀ। ਲੀਡਰਸ਼ਿਪ ਦਾ ਸੰਕਟ ਜਿਹੜਾ ਹੁੰਦਾ ਨਾ, ਲੀਡਰਸ਼ਿਪ ਦੀ ਮਾਰਗ ਸੇਧ ਦਾ, ਲਾਈਨ ਦਾ ਸੰਕਟ ਹੁੰਦਾ। ਇਹ ਸੰਕਟ ਅਕਾਲੀ ਦਲ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ, ਇਹ ਸੰਕਟ ਕਾਂਗਰਸ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ। ਨਵਜੋਤ ਸਿੰਘ ਸਿੱਧੂ ਇੱਕ ਵਿਚਾਰਵਾਰ ਆ ਵੀ ਦੇਖੋ ਜੀ, ਕਾਂਗਰਸ ਦਾ ਸੰਕਟ ਜਿਹੜਾ ਜਾਂ ਪੰਜਾਬ ਦਾ ਸੰਕਟ ਆ ਜਿਹੜਾ, ਉਹ ਇਸ ਰਾਹ ਤੇ ਤੁਰਿਆ ਦੂਰ ਹੋਈ, ਇਹਨਾਂ ਨੂੰ ਉਹ ਪ੍ਰਵਾਨ ਨਹੀਂ। ਇਸ ਕਰਕੇ ਸਟਰਗਲ ਆ, ਇਸ ਕਰਕੇ ਆਪਸੀ ਮਤਭੇਦ ਨੇ ਜੀ। ਜਿਹੜਾ ਸਿੱਧੂ ਆ ਉਹ ਕਾਂਗਰਸ ਨੂੰ ਕਹਿੰਦਾ ਬਦਲੋ, ਬਦਲੋ, ਮੁੱਦਿਆਂ ਦੀ ਸਿਆਸਤ ਅਪਣਾਓ, ਜਵਾਬਦੇਹ ਦੀ ਸਿਆਸਤ ਅਪਣਾਓ, ਸਿਆਸਤ ਨੂੰ ਧੰਦਾ ਬਣਾਉਣਾ ਬੰਦ ਕਰੋ, ਇਹਨੂੰ ਨਿੱਜ ਪ੍ਰਸਤ, ਪਰਿਵਾਰ ਪ੍ਰਸਤ ਤੇ ਮਾਇਆ ਦੀ ਹਾਬੜ ਤੋਂ ਮੁਕਤ ਕਰੋ। ਤੇ ਬਾਕੀ ਕਾਂਗਰਸ ਨੂੰ ਐਂ ਲੱਗਦਾ ਵੀ ਇਹ ਤਾਂ ਸਾਡੇ ਸਿਰ ਚ ਡੰਡਾ ਮਾਰਦਾ, ਸੰਕਟ ਤਾਂ ਇਹ ਆ। ਸੋ ਇਸ ਕਰਕੇ ਇਹ ਸੰਕਟ ਜਿਹੜੀ ਪਾਰਟੀ ਹੱਲ ਕਰ ਲੂ, ਚਾਹੇ ਕਾਂਗਰਸ ਕਰ ਲੇ, ਚਾਹੇ ਅਕਾਲੀ ਦਲ ਕਰ ਲੇ, ਮਤਲਬ ਜਿਵੇਂ ਕਹਿੰਦੇ ਸਰਵਾਈਵਲ ਆਫ ਦੀ ਫਿਟੈਸਟ, ਉਹ ਇਹ ਸੰਕਟ ਚੋਂ ਅੱਗੇ ਲੰਘ ਜੂ, ਨਹੀਂ ਤਾਂ ਫਿਰ ਚੁਟਕਲੇਬਾਜ਼ ਸਿਆਸਤ ਆ ਜਿਹੜੀ, ਇਹਨਾਂ ਨੇ ਚੋਣ ਮੈਨੀਫੈਸਟੋ ਨੂੰ ਬੇਦਾਵਾ ਦੇਤਾ, ਜਿਹੜੇ ਕਹਿੰਦੇ ਗਰੰਟੀ ਹੈ ਜੀ, ਗਰੰਟੀ ਹੈ ਜੀ, ਕੇਜਰੀਵਾਲ ਕੀ ਗਰੰਟੀ ਹੈ ਜੀ, ਮੋਦੀ ਕੀ ਗਰੰਟੀ ਹੈ ਜੀ, ਫਿਰ ਗਰੰਟੀ ਜਿਹੜੇ ਪਿੱਛੇ ਭੱਜਦੇ, ਫਿਰ ਉਹ ਮਿਲਣਾ ਕੀ ਆ ਜੀ। ਮਾਲੀ ਸਾਹਿਬ, ਹਾਈ ਕਮਾਂਡ ਦਾ ਰੋਲ ਤੁਸੀਂ ਇੱਥੇ ਕਿਵੇਂ ਦੇਖਦੇ ਹੋ? ਜਦੋਂ ਪੰਜਾਬ ਦੀ ਜਿਹੜੀ ਸਟੇਟ ਇਕਾਈ ਹੈ ਕਾਂਗਰਸ ਦੀ, ਇਹਦੇ 'ਚ ਗੱਲ ਇੱਥੋਂ ਤੱਕ ਆਈ ਹੋਈ ਹੈ, ਤੁਸੀਂ ਹਾਈ ਕਮਾਂਡ ਦੇ ਰੋਲ ਨੂੰ ਕੀ ਸਮਝਦੇ ਹੋ? ਕੀ ਹਾਈ ਕਮਾਂਡ ਜਾਣ ਬੁੱਝ ਕੇ ਸਾਇਲੈਂਟ ਹੈ, ਕੀ ਹਾਈ ਕਮਾਂਡ ਇਕੱਲੇ ਇਕੱਲਿਆਂ ਦੇ ਨਾਲ ਮੀਟਿੰਗ ਕਰ ਰਹੀ ਆ? ਹਾਈ ਕਮਾਂਡ ਦਾ ਜਿਹੜਾ ਰੋਲ ਇੱਥੇ ਬਣਦਾ ਸੀ, ਕੀ ਉਹ ਰੋਲ ਹਾਈ ਕਮਾਂਡ ਨਿਭਾ ਰਹੀ ਆ? ਸੰਤਾਲੀ ਤੋਂ ਬਾਅਦ ਜਿਹਾ ਜਿਹਾ ਸਾਡਾ ਮੁਲਕ ਸਿਰ ਗਿਆ ਸੀ, ਜਿਹਾ ਜਿਹਾ ਸੰਵਿਧਾਨ ਦੇ ਵਿੱਚ ਲਿਖਿਆ ਸੀ ਇਹ ਫੈਡਰਲ ਕੰਟਰੀ ਆ, ਇਹ ਯੂਨੀਅਨ ਆਫ ਸਟੇਟਸ ਆ, ਇਹ ਇਹ ਆ ਵੋ ਆ, ਉਦੋਂ ਬਾਅਦ ਇਹਨੂੰ ਮੇਸਦੇ ਮੇਸਦੇ ਨਾ ਹਾਈ ਕਮਾਂਡ ਕਲਚਰ ਬਣ ਗਿਆ, ਤਾਕਤਾਂ ਦਾ ਕੇਂਦਰੀਕਰਨ ਹੋ ਗਿਆ। ਕਾਂਗਰਸ ਨੇ ਵੀ ਕੀਤਾ ਤੇ ਭਾਜਪਾ ਨੇ ਫਿਰ ਲਾਤਾ ਕੰਮ, ਜਿਹਦੇ ਵਿੱਚ ਹਾਈ ਕਮਾਂਡ ਦਾ ਇੱਕ ਰੋਲ ਆ, ਪੰਜਾਬ ਦਾ ਇੱਕ ਰੋਲ ਆ। ਜਦੋਂ ਤੁਸੀਂ ਕਹਿੰਦੇ ਫੁੱਲਾਂ ਦਾ ਗੁਲਦਸਤਾ ਯੂਨੀਅਨ ਆਫ ਸਟੇਟਸ ਆ, ਇਹਦਾ ਮਤਲਬ ਜਿਹੜੀਆਂ ਸਟੇਟ ਦੀਆਂ ਰੋਲ ਆ ਜਿਹੜਾ ਉਹ ਆ, ਉਹਨੂੰ ਵੱਡੀ ਮਾਨਤਾ ਦੇਣੀ ਚਾਹੀਦੀ ਆ। ਇਹ ਤਾਂ ਉਸੂਲੀ ਤੇ ਸਿਧਾਂਤਕ ਗੱਲ, ਪਰ ਦੂਜਾ ਪੱਖ ਇਹ ਆ ਵੀ ਪੰਜਾਬ ਸਟੇਟ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਉਹ ਪਰਿਵਾਰ ਪ੍ਰਸਤ ਹੋ ਗਈਆਂ, ਨਿੱਜ ਪ੍ਰਸਤ ਹੋ ਗਈਆਂ, ਸਿਆਸਤ ਨੂੰ ਧੰਦਾ ਬਣਾ ਲਿਆ,
ਮਾਇਆ ਦੀ ਹਾਬੜ ਚ ਪੈ ਗਈਆਂ। ਉਹਨਾਂ ਖਾਤਰ ਪੰਜਾਬ ਦਾ ਝੰਡੀ ਕੋਈ ਨੀ, ਪੰਜਾਬ ਦਾ ਸੰਕਟ ਕਿਉਂ ਆ, ਹੱਲ ਕਿਉਂ, ਉਹਦੀ ਗੱਲੇ ਕੋਈ ਨੀ, ਉਹਨਾਂ ਖਾਤਰ ਉੱਧਰ ਕਾਟੋ ਮੈਂ ਚੜਾ। ਹੁਣ ਇੱਕ ਤੀਜਾ ਬਟੇਰਾ ਵਿੱਚ ਆ ਗਿਆ ਗਰੰਟੀ ਵਾਲਾ, ਹੁਣ ਇਹ ਬੰਦਲ ਗਏ, ਅਸੀਂ ਕੀ ਕਰੀਏ ਜੀ। ਇਸ ਕਰਕੇ ਦੇਖੋ ਸਿੱਧੂ ਦਾ ਇੱਕ ਵਰਤਾਂਤ ਸਹੀ ਆ, ਹਾਈ ਕਮਾਨ ਨਾਲ ਖੜਾ, ਪੰਜਾਬ ਨਾਲ ਲੜੂ, ਹਾਈ ਕਮਾਨ ਨਾਲ ਖੜਾਂਗਾ, ਪੰਜਾਬ ਨਾਲ ਲੜਾਂਗਾ। ਹਾਈ ਕਮਾਂਡ ਜਿਹੜੀ ਮੁਲਕ ਬਾਰੇ ਸੋਚਦੀ ਆ ਉਹਦੇ ਨਾਲ ਖੜਾਂਗਾ, ਪਰ ਪੰਜਾਬ ਦੇ ਹੱਕਾਂ ਲਈ ਲੜਾਂਗਾ। ਤੇ ਉਹ ਹਾਈ ਕਮਾਂਡ ਨਾਲ ਲੜਿਆ ਨਾ, ਤੁਹਾਨੂੰ ਪਤਾ ਉਹਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਵੀ ਡੀਜੀਪੀ ਬਦਲੋ, ਏਡੀ ਬਦਲੋ ਜੀ। ਤੋ ਇਸ ਕਰਕੇ ਹਾਈ ਕਮਾਂਡ ਆ ਜਿਹੜੀ, ਦੇਖੋ ਰਾਹੁਲ ਗਾਂਧੀ ਆਇਆ ਸੀ ਪੰਜਾਬ 'ਚ, ਜਦੋਂ ਭਾਰਤ ਜੋੜੋ ਯਾਤਰਾ ਕੀਤੀ, ਉਹਨੇ ਕਿਹਾ ਸੀ ਪੰਜਾਬ ਨੂੰ ਬਾਹਰੋਂ ਨਹੀਂ ਹੱਕਿਆ ਜਾ ਸਕਦਾ। ਨਿਸ਼ਾਨਾ ਉਹਦਾ ਚਾਹੇ ਭਗਵੰਤ ਮਾਨ ਤੇ ਕੇਜਰੀਵਾਲ ਤੇ ਸੀ, ਪਰ ਉਹਨੂੰ ਆਪਣੀ ਪਾਰਟੀ 'ਚ ਵੀ ਲਾਗੂ ਕਰਨਾ ਪਊ। ਉਹਨੇ ਕੀਤਾ ਵਿਧਾਨ ਸਭਾ ਚੋਣ ਵੇਲੇ ਬਾਈ ਜੀ ਨਵਜੋਤ ਸਿੰਘ ਸਿੱਧੂ ਦਾ ਏਜੰਡਾ ਚੁਕਾ ਕੇ ਦਲਿਤ ਪੱਤਾ ਖੇਡਿਆ, ਇਹਨਾਂ ਦੀ ਮੰਨੀ ਜੋ ਇਹ ਕਹਿੰਦੇ ਆ, ਜਿਹੜੇ ਅੱਜ ਮੁੱਛਾਂ ਨੂੰ ਵੱਟ ਚੜ ਰਿਹਾ ਨਾ, ਇਹਨਾਂ ਦੀ ਮੰਨੀ, ਨਤੀਜਾ ਕੀ ਨਿਕਲਿਆ? ਇਹ ਉਦੋਂ ਸਮਝ ਨਹੀਂ ਸਕੇ ਵੀ ਪੰਜਾਬ ਨੂੰ ਬਦਲਣਾ, ਹੁਣ ਇਹਨਾਂ ਨੂੰ ਇੰਨੀ ਅਕਲ ਹੈ ਨਹੀਂ ਵੀ ਮੁਲਕ ਨੂੰ ਬਦਲਣਾ। ਬਾਈ ਜੀ ਮੋਦੀ ਨੇ ਸਿਆਸਤ ਸ਼ੁਰੂ, ਹੈਲੋ ਜੀ ਜੀ ਮਾਲੀ ਸਾਹਿਬ, ਜੀ ਮਾਲੀ ਸਾਹਿਬ, ਮੋਦੀ ਨੇ ਸਿਆਸਤ ਸ਼ੁਰੂ ਕੀਤੀ ਸੀ ਕਾਂਗਰਸ ਮੁਕਤ ਭਾਰਤ, ਆਰਐਸਐਸ ਨੇ ਇਹਨੂੰ ਓਕੇ ਨਹੀਂ ਕੀਤਾ ਸੀ। ਆਰਐਸਐਸ ਨੇ ਕਿਹਾ ਵੀ ਇਹਨਾਂ ਦੀ ਸਿਆਸਤ ਹੋਊ, ਆਰਐਸਐਸ ਦੀ ਸਿਆਸਤ, ਕਿਉਂਕਿ ਆਰਐਸਐਸ ਆ ਜਿਹੜੀ ਉਹ 20 ਆਪਣੇ ਝੰਡੇ ਰੱਖਦੀ ਆ, ਉਹ ਚ ਅਕਾਲੀ ਦਲ ਚ ਵੀ ਅੰਡੇ ਨੇ, ਉਹਦੇ ਕਾਂਗਰਸ ਚ ਵੀ ਅੰਡੇ ਨੇ, ਤੇਰੀ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਚ ਵੀ ਅੰਡੇ ਨੇ। ਇਹਨੇ ਕਿਹਾ ਸੀ ਕਾਂਗਰਸ ਨੂੰ ਮੁਕਤ ਭਾਰਤ, ਫਿਰ ਕਹਿੰਦਾ ਸਵਾਲ ਮੁਕਤ ਪੂੜੀਆ ਮੀਡੀਆ ਦਾ, ਫਿਰ ਕਹਿੰਦਾ ਅੰਦੋਲਨ ਮੁਕਤ ਸੜਕ, ਆਖਿਰ ਚ ਕਹਿੰਦਾ ਵਿਰੋਧੀ ਧਿਰ ਮੁਕਤ ਸੰਸਦ। ਜੇ ਪੰਜਾਬ ਕਾਂਗਰਸ ਇਹ ਨਹੀਂ ਸਮਝਦੀ ਜੀ ਕਿ ਅੱਜ ਮੁਲਕ ਦੇ ਵਿੱਚ ਮੋਦੀ ਨੂੰ ਨਾ ਫੜੇ ਨਾ, ਡੁੱਬੇਗੀ ਕਿਸ਼ਤੀ ਤੋਂ ਡੁੱਬੇਗੀ ਸਾਰੇ, ਨਾ ਹਮ ਵੀ ਬਚੇਗੇ ਨਾ ਸਾਥੀ ਤੋਂ। ਪੰਜਾਬ ਦੀ ਕਾਂਗਰਸ ਲੀਡਰ ਬੁਨਿਆਦੀ ਤੌਰ ਤੇ ਕਰਪਟ, ਇਹ ਕੰਪਨੀ ਦੇ ਸਹਾਰੇ ਇਹਨਾਂ ਦੇ ਰਾਜ, ਇਹਨਾਂ ਦਾ ਕੀ ਏਜੰਡਾ ਪੰਜਾਬ ਲਈ ਪੁੱਛੋ, ਇਹਨਾਂ ਨੂੰ ਤੁਹਾਡਾ ਪੰਜਾਬ ਲਈ ਕੀ ਏਜੰਡਾ, ਪੰਜਾਬ ਦੇ ਮੁੱਦਿਆਂ ਬਾਰੇ ਤੁਹਾਡੀ ਕੀ ਸਮਝ ਆ, ਤੁਹਾਡੀ ਸਮਝ ਤੇ ਭਗਵੰਤ ਮਾਨ ਦੀਆਂ ਨੀਤੀਆਂ ਭਾਰਤੀਆਂ ਚ ਕੀ ਫਰਕ ਆ, ਦੱਸ ਦੇ ਮੈਨੂੰ, ਕੋਈ ਹੈ ਹੀ ਨੀ ਕੋਈ ਫਰਕ, ਢੋਲ ਕੇ ਗੜਕਾਉਣੀਆਂ, ਜਦੋਂ ਤੁਹਾਡਾ ਰਾਜ ਆ ਗਿਆ ਤੁਸੀਂ ਲੁੱਟੋ, ਸਾਡੇ ਅਸੀਂ ਜੋ ਲੁੱਟੇ ਨੇ ਕਾਰੋਬਾਰ ਸ਼ੁਰੂ ਕੀਤੇ ਨੇ ਉਹਨਾਂ ਨੂੰ ਡਿਸਟਰਬ ਨਾ ਕਰੋ, ਇਹਨੂੰ 75-25 ਕਹਿੰਦੇ ਨੇ, ਇਹਨੂੰ 80-20 ਕਹਿੰਦੇ ਨੇ, ਬੁਰਾਏ ਥੋੜ੍ਹਾ ਵੀ ਭਗਵੰਤ ਮਾਨ ਜਿਹੜੀ ਲੁੱਟ ਕਰਦਾ ਕਾਂਗਰਸ ਨੂੰ ਬੁਲਾ ਕੇ ਕਹਿੰਦਾ 80 ਰੁਪਏ ਮੇਰੇ ਨੇ ਜੀ ਤੁਹਾਡੇ ਨੇ, ਐ ਨੀ ਹੈ ਉਹ, ਇਹਨਾਂ ਨੇ ਸਿਆਸਤ ਬਣਾ ਲਿਆ ਧੰਦਾ। ਬਾਈ ਜੀ ਕਹਿੰਦੇ ਠੀਕ ਆ ਹੁਣ ਤੁਹਾਡੀ ਗੱਲ ਬਣ ਗਈ, ਤੁਸੀਂ ਚੱਲੋ ਸਾਡਾ ਧੰਦਾ ਚੱਲਣ ਦੇ ਦਿਓ, ਇਹ 75-25 ਆ, ਇਹ 80-20 ਆ। ਮੈਂ ਤੁਹਾਨੂੰ ਇੱਕ ਸਪਸ਼ਟ ਉਦਾਹਰਨ ਦਿੰਦਾ, ਦੇਖੋ ਸਿਆਣੇ ਬੰਦਿਆਂ ਦੀ ਆ, ਟਰਾਂਸਪੋਰਟ ਯੂਨੀਅਨ ਬਹੁਤ ਵੱਡੀ ਆ ਪੰਜਾਬ ਦੀ, ਜਦੋਂ ਕਾਂਗਰਸ ਦੀ ਸਰਕਾਰ ਬਣਦੀ ਆ ਸਰਬਸੰਮਤੀ ਨਾਲ ਸਾਰੇ ਅਵਤਾਰ ਸਿੰਘ ਹੈਮੇਰੀ ਨੂੰ ਪ੍ਰਧਾਨ ਚੁਣ ਲੈਂਦੇ ਨੇ, ਜਦੋਂ ਅਕਾਲੀ ਸਰਕਾਰ ਬਣ ਜਾਂਦੀ ਆ ਸਰਬਸੰਮਤੀ ਨਾਲ ਸਾਰੇ ਫਤਿਹ ਸਿੰਘ ਲੇਬੜਾ ਨੂੰ ਪ੍ਰਧਾਨ ਚੁਣ ਲੈਂਦੇ ਆ। ਇਹ ਆ 75-25 ਤੇ 80-20। ਇਸ ਕਰਕੇ ਕਾਂਗਰਸ ਹਾਈ ਕਮਾਂਡ ਦਾ ਦਖਲ ਹੋਣਾ ਚਾਹੀਦਾ, ਠੀਕ ਆ
ਉਹਨਾਂ ਨੂੰ ਠੀਕ ਆ। ਹੁਣ ਮੇਰੀ ਗੱਲ ਸੁਣੋ, ਇਹ ਕਹਿੰਦੇ ਨੇ ਕਾਂਗਰਸ ਵਾਲੇ ਅਸੀਂ 80 ਪਤਾ ਨੀ 57 ਰੈਲੀਆਂ ਕੀਤੀਆਂ ਭਗਵੰਤ ਮਾਨ ਖਿਲਾਫ, ਦੱਸੋ ਉਹਦੀ ਕਿਹੜੀ ਨੀਤੀ ਖਿਲਾਫ ਕੀਤੀ, ਕਿਹੜੀ ਤੁਸੀਂ ਕਿਹਾ ਉਹਨਾਂ ਨੂੰ ਖੰਡ ਦੀ ਕਾਰ ਆਪਰੇਸ਼ਨ ਬਣਾਓ, ਸ਼ਰਾਬ ਦੀ ਕਾਰ ਆਪਰੇਸ਼ਨ ਬਣਾਓ। ਆਹ ਮਾਫੀਆ ਬਾਈ ਜੀ ਨੀਤੀਆਂ ਚ ਪੈਦਾ ਹੁੰਦਾ। ਅਕਾਲੀਆਂ ਤੇ ਕਾਂਗਰਸ ਨੇ ਜੋ ਨੀਤੀਆਂ ਬਣਾਈਆਂ ਉਹ ਚੋਂ ਮਾਫੀਆ ਪੈਦਾ ਹੋਇਆ। ਆਮ ਆਦਮੀ ਪਾਰਟੀ ਨੀਤੀਆਂ ਨਹੀਂ ਬਦਲਦੀ, ਮਾਫੀਆ ਕੰਟੀਨਿਊ ਕਰ ਰਿਹਾ ਜੀ। ਤੇ ਸਿੱਧੂ ਕਹਿੰਦਾ ਨੀਤੀਆਂ ਬਦਲੋ ਮਾਫੀਆ ਤਾਂ ਖਤਮ ਹੋਊ, ਆਹ ਗੱਲ ਹੋਰ ਕੀ ਰੋਣਾ ਜੀ। ਬਿਲਕੁਲ, ਪਰ ਮਲਿਕ ਸਾਹਿਬ ਦੇਖੀਏ ਕਿਵੇਂ ਨਵਜੋਤ ਸਿੰਘ ਸਿੱਧੂ ਆਪਣਾ ਏਜੰਡਾ ਅੱਗੇ ਵਧਾ ਰਹੇ ਨੇ। ਹੁਣ ਤਾਂ ਜਿਵੇਂ ਪਿੱਛੇ ਜੇ ਚਿੱਠੀਆਂ ਵੀ ਲਿਖੀ ਗਈਆਂ, ਬਾਤਾਂ ਵੀ ਆਈਆਂ, ਨਵਜੋਤ ਸਿੰਘ ਸਿੱਧੂ ਹੁਣ ਨਾਰਾ ਵੀ ਲਿਖਿਆ ਕਿ ਜਿੱਤੇਗੀ ਕਾਂਗਰਸ, ਜਿੱਤੇਗਾ ਪੰਜਾਬ। ਪਰ ਮਤਲਬ ਅਲਟੀਮੇਟ ਇਸ ਲੜਾਈ ਦਾ ਅੰਤ ਕੀ ਹੈ, ਕੀ ਹੋਊਗਾ ਅੰਤ? ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ ਮੁੱਦੇ ਦੀ ਸਿਆਸਤ ਕਰ ਰਿਹਾ ਹਾਂ। ਨਵਜੋਤ ਸਿੰਘ ਸਿੱਧੂ ਦੇ ਮੁੱਦੇ ਦੀ ਸਿਆਸਤ ਨੂੰ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਬਗਾਵਤੀ ਨਜ਼ਰਾਂ ਨਾਲ ਦੇਖਦੇ ਨੇ, ਫਿਰ ਇਸ ਚੀਜ਼ ਦਾ ਕੋਈ ਅੰਤ ਹੋਊਗਾ? ਭੱਗੂ ਸਾਹਿਬ, ਲੜਨਾ ਕੋਈ ਸ਼ੌਂਕ ਨਹੀਂ ਹੁੰਦਾ, ਲੜਨਾ ਇੱਕ ਲੋੜ ਹੁੰਦੀ ਹੈ। ਲੜਨ ਤੋਂ ਖਿਸਕਣ ਦਾ ਮਤਲਬ ਸਮਝ ਦੀ ਥੋੜ ਹੁੰਦੀ ਹੈ। ਜਿੱਤ ਦੀ ਗਰੰਟੀ ਨਹੀਂ ਲੜਾਇਆ ਜਾ ਸਕਦਾ ਹੁੰਦਾ, ਕਈ ਲੜਾਈਆਂ ਹਾਰਦੇ ਆ ਪਰ ਉਹ ਜਿੱਤੀਆਂ ਵਰਗੀਆਂ ਹੁੰਦੀਆਂ ਨੇ। ਨਵਜੋਤ ਸਿੰਘ ਜੀ, ਨਵਜੋਤ ਸਿੰਘ ਦਾ ਰੌਲਾ ਜੋ ਪੰਜਾਬ ਕਾਂਗਰਸ ਦੀ ਪਹੁੰਚ ਆ, ਸਿਆਸਤ ਆ, ਨੀਤੀਆਂ, ਉਹ ਕਹਿੰਦਾ ਬਦਲੋ। ਹੁਸ਼ਿਆਰਪੁਰ ਉਹਨੇ ਕਿਹਾ ਬਦਲੋ, ਆਪਣੇ ਆਪ ਨੂੰ ਬਦਲੋ, ਹਾਲਤ ਬਦਲ ਗਈ, ਕੋਈ ਗੱਲ ਨਹੀਂ। ਅੱਛਾ, ਨਵਜੋਤ ਸਿੰਘ ਸਿੱਧੂ ਸਭ ਤੋਂ ਵੱਡਾ ਵਿਰੋਧ ਕਰ ਰਿਹਾ ਆਮ ਆਦਮੀ ਪਾਰਟੀ ਦਾ, ਫਿਰ ਉਹ ਕਹਿੰਦਾ ਕਰ ਲਓ ਗੱਠਜੋੜ, ਨੋ ਸਮੱਸਿਆ, ਨੋ ਪ੍ਰੋਬਲਮ। ਜਿਹੜੇ ਐਵੇਂ ਥੁੱਕੀ ਬੜੇ ਪਕਾਉਂਦੇ ਨੇ ਉਹ ਕਹਿੰਦੇ ਨਾ ਨਾ ਜੀ, ਅਸੀਂ ਨੀ ਇਹਨਾਂ ਨਾਲ ਰਲਣਾ, ਕਿਉਂਕਿ ਬੌਧਿਕ ਤੌਰ ਤੇ ਉਹ ਨਾਲ ਲੋਕ ਨੇ, ਨਿੱਜ ਪ੍ਰਸਤ ਨੇ, ਪਰਿਵਾਰ ਪ੍ਰਸਤ ਨੇ, ਮਾਇਆਧਰੀ ਨੇ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਏਜੰਡੇ ਨਾਲ ਤੁਸੀਂ ਬਹਿਸ ਰਚਾਓ, ਤੁਸੀਂ ਸਾਬਤ ਕਰੋ ਨਵਜੋਤ ਸਿੰਘ ਸਿੱਧੂ ਦੇ ਏਜੰਡੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ, ਕਾਂਗਰਸ ਦਾ ਭਲਾ ਨਹੀਂ ਹੋਣਾ, ਇਹ ਲਾਗੂ ਨਹੀਂ ਹੋ ਸਕਦਾ। ਏਜੰਡਾ ਤੇ ਕਿਉਂ ਨਹੀਂ ਬਹਿਸ ਕਰਦੀ ਜੀ, ਮੈਨੂੰ ਇਹ ਨਹੀਂ ਸਮਝ ਆਉਂਦੀ। ਨਵਜੋਤ ਸਿੰਘ ਤੂੰ ਕਰਦਾ ਜੀ, ਉਹ ਤਰੱਕ ਕਰਦਾ ਜੀ, ਉਹ ਐਂ ਕਰਦਾ ਜੀ, ਸਾਡੇ ਚੁੰਡੀ ਵੱਢਦਾ ਉਹ। ਜੇ ਪੰਜਾਬ ਅੱਜ ਕੰਗਾਲ ਹੋ ਗਿਆ ਬਾਈ ਜੀ, ਕਿਹਨੇ ਕੀਤਾ ਕੰਗਾਲ ਜੀ? ਉਹ ਕਹਿੰਦੇ ਸਾਡੇ ਤੇ ਨਿਸ਼ਾਨਾ ਲਾਉਂਦਾ, ਇਹ ਤਾਂ ਚੋਰ ਦੀ ਗੱਲ ਜੀ ਤਿਨਕਾ, ਉਹ ਤਾਂ ਕਹਿੰਦਾ ਲੁੱਟਿਆ ਪੰਜਾਬ ਨੂੰ ਸਾਰਿਆਂ ਨੇ। ਤੁਸੀਂ ਸਾਰੇ ਕਾਂਗਰਸ ਦੇ ਲੀਡਰ ਆਪਦੇ ਜਾਇਦਾਦਾਂ ਦਾ ਵੇਰਵਾ ਦੇ ਦਿਓ ਨਾ, ਵੀ ਕਿਰਤ ਕਮਾਈ ਆ ਜੀ, ਵਾਲੀ ਕਮਾਈ ਕੀਤੀ, ਭਾਈ ਲਾਲ ਵਾਲੀ ਕੀਤੀ, ਕਹੋ ਨਾ। ਅਫਸਰ ਸ਼ਾਹੀ ਦੀ ਜਾਂਚ ਕਿਉਂ ਨਹੀਂ ਕਰਾਉਂਦੇ ਅੱਜ? ਉਹ ਫਲਾਨੇ ਨੇ ਇੰਨੇ ਪੈਸੇ ਬਣਾ ਲਏ, ਇੰਨੇ ਬਣਾ ਲਏ। ਜੇ ਐਲਾਨ ਬਣਤਾ ਜਿਹੜਾ ਭੋਰਾ ਵੀ ਸੁਸੀਰ ਆ, ਸਾਰੇ ਅਫਸਰਾਂ ਦੀ ਜਾਂਚ ਕਰਾਵੇ ਜਾਇਦਾਦ ਦੀ। ਸਕੈਂਡਲ ਅਫਸਰਾਂ ਦੀ ਸ਼ਮੂਲੀਅਤ ਬਿਨਾ ਨਹੀਂ ਹੁੰਦਾ, ਅਫਸਰਾਂ ਦੀ ਸ਼ਮੂਲੀਅਤ ਜ਼ਰੂਰੀ ਹੁੰਦੀ ਆ। ਇਹਨਾਂ ਨੇ ਸਕੈਂਡਲਾਂ ਦੀ ਸ਼ੁਰੂ ਕੀਤੀ, ਅਫਸਰ ਸ਼ਾਹੀ ਅਫਰ ਜੀ, ਆਹ ਕੀ ਕਰਦੇ ਹੋ ਜੀ? ਇਹਨਾਂ ਉੱਡ ਕੇ ਆਮਦ ਤੋਂ ਵੱਧ ਜਾਇਦਾਦ ਲੀਡਰਾਂ ਦੀ ਉੱਧਰਲੇ ਪਾਸੇ ਤੁਰ ਪਏ। ਇਸ ਕਰਕੇ ਭੱਗੂ ਸਾਹਿਬ, ਬੰਦੇ ਦਾ ਹੁੰਦਾ ਤੇ ਬੰਦੇ ਦੇ ਵਿਰੋਧ ਦੀ ਕੋਈ ਗੱਲ ਨਹੀਂ, ਸਹੀ ਵਿਚਾਰ ਨੂੰ ਤਾਰਨ ਦੀ ਲੋੜ ਆ। ਸਹੀ ਵਿਚਾਰਾਂ ਦੀ ਰੋਸ਼ਨੀ ਬਿਨਾਂ ਅਮਲ ਹਨੇਰੇ 'ਚ ਟੱਕਰਾਂ ਮਾਰਨਾ ਹੁੰਦਾ। ਤੇ ਜਿਹੜੀ ਪੰਜਾਬ ਦੀ ਕਾਂਗਰਸ ਆ ਪ੍ਰਚਲਿਤ, ਬੁਨਿਆਦੀ ਤੌਰ 'ਤੇ ਕਰਪਟ ਕਾਂਗਰਸ ਆ, ਮਤਲਬ ਇਹਨਾਂ ਦਾ ਪੰਜਾਬ ਨਾਲ ਕੋਈ ਹਿੱਤ ਨਹੀਂ, ਪੰਜਾਬ ਦੇ ਮੁੱਦੇ ਨਾਲ ਕੋਈ ਹਿੱਤ ਨਹੀਂ, ਪੰਜਾਬ ਦੇ ਲੋਕਾਂ ਨਾਲ ਕੋਈ ਹਿੱਤ ਨਹੀਂ। ਇਹਨਾਂ ਦਾ ਧੰਦਾ ਸਿਆਸਤ,
ਬਾਦਲ ਨੇ ਤਾਂ ਵੱਡਾ ਪਖੰਡ ਕੀਤਾ ਸੀ, ਰਾਜ ਨਹੀਂ ਸੇਵਾ, ਸੇਵਾ ਸੇਵਾ ਕਰਦਾ ਮਤਲਬ ਸਭ ਤੋਂ ਵੱਡਾ ਬਣਾਇਆ ਤਾਂ ਬਣ ਗਿਆ ਪੰਜਾਬ ਦਾ। ਅਸੀਂ ਤਾਂ ਕਾਨੂੰਨ ਅਨੁਸਾਰ ਕੰਮ ਕੀਤਾ, ਕਾਨੂੰਨ ਤੁਸੀਂ ਬਣਾਉਂਦੇ ਨਾ, ਮਾਫੀ ਦਾ ਕਾਨੂੰਨ ਚੋਂ ਪੈਦਾ ਹੁੰਦਾ, ਸ਼ਰਾਬ ਦਾ ਮਾਫੀਆ ਅਮਰਿੰਦਰ ਨੇ ਪੈਦਾ ਕੀਤਾ। ਜਦੋਂ ਤੱਕ ਤੁਸੀਂ ਨੀਤੀ ਨਹੀਂ ਤਬਦੀਲ ਕਰਦੇ, ਨੀਤੀਗਤ ਫੈਸਲੇ ਨਹੀਂ ਬਦਲਦੇ, ਜਿਹੜੇ ਸਿੱਧੂ ਕਹਿੰਦਾ ਉਦੋਂ ਤੱਕ ਜ਼ੋਰ ਲਾ ਲਓ ਮਾਫੀਆ ਖਤਮ ਨਹੀਂ ਹੁੰਦਾ। ਇਹਨਾਂ ਦਾ ਕੰਮ ਸੀ ਉੱਤਰ ਕਾਟੋ ਮਾਇ ਚੜਾ, ਆ ਇੱਕ ਬਤੇਰਾ ਆ ਗਿਆ ਵਿਚਾਲੇ ਗਰੰਟੀ ਵਾਲਾ, ਹੁਣ ਕਹੀ ਜਾਂਦੇ ਮਹਾਤਮਾ ਜੀ ਇਹਨਾਂ ਨਾਲ ਨੀ ਅਸੀਂ ਰਲਣਾ। ਕਿਉਂ ਨੀ ਰਲਣਾ? ਕਿਉਂਕਿ ਤੁਹਾਡੇ ਨਾਲ ਰੋਲੀ ਕੋਈ ਨੀ। ਨਵਜੋਤ ਸਿੰਘ ਸਿੱਧੂ ਐਨ ਪਿਹਾੜ ਕਰਦਾ ਆਮ ਆਦਮੀ ਪਾਰਟੀ ਨੂੰ ਸਿਧਾਂਤਕ ਤੌਰ ਤੇ ਮੁੱਦਿਆਂ ਤੇ, ਉਹ ਕਹਿੰਦਾ ਆ ਜਾਓ ਹੋ ਇਕੱਠੇ। ਬਾਬਾ ਨਾਨਕ ਦੇਖੋ ਆਪਾਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨੀ, ਕਿੱਥੇ ਕਿੱਥੇ ਜਾ ਕੇ ਟੱਕਰਿਆ, ਕਿੱਥੇ ਜਾ ਕੇ ਸੱਚ ਇਕੱਠਾ ਕੀਤਾ। ਇਹਨਾਂ ਦੀ ਆਮ ਆਦਮੀ ਪਾਰਟੀ ਨਾਲ ਅੱਖ ਚੱਕ ਮਿਲਾਉਣ ਦੀ ਆਦਤ, ਕਹਿੰਦੇ ਜੀ ਅਸੀਂ ਵਿਰੋਧੀ ਪਾਰਟੀਆਂ ਦੀ ਅਸੀਂ ਇਕੱਠੇ ਹੋ ਗਏ। ਬਈ ਜੀ ਇਹਨਾਂ ਨੂੰ ਐਨੇ ਦੀ ਅਕਲ ਨਹੀਂ, ਤੁਸੀਂ ਕਾਹਦੇ ਖਾਤਰ ਇਕੱਠੇ ਹੋਣਾ? ਤੁਸੀਂ ਇਕੱਠੇ ਹੋਣਾ ਕੌਮਨ ਮਿਨੀਮਮ ਪ੍ਰੋਗਰਾਮ ਤੇ ਜਿਹੜਾ ਮੋਦੀ ਦੇ ਖਿਲਾਫ ਆ। ਮੋਦੀ ਦੇ ਖਿਲਾਫ ਨਾ ਕਾਂਗਰਸ ਲੜਨਾ ਚਾਹੁੰਦੀ ਆ, ਨਾ ਕੇਜਰੀਵਾਲ ਲੜਨਾ ਚਾਹੁੰਦਾ। ਇਸ ਕਰਕੇ ਉਹਦਾ ਸਾਰਾ ਦਾਂਗ ਆ, ਹੋਰ ਕੋਈ ਗੱਲ ਨੀ। ਕਾਂਗਰਸ ਹਾਈ ਕਮਾਂਡ ਮੋਦੀ ਖਿਲਾਫ ਲੜਨਾ ਚਾਹੁੰਦੀ ਆ, ਸਿੱਧੂ ਮੋਦੀ ਖਿਲਾਫ ਲੜਨਾ ਚਾਹੁੰਦਾ ਕੌਮਨ ਮਿਨੀਮਮ ਪ੍ਰੋਗਰਾਮ ਤੇ। ਇਹ ਕਹਿੰਦੇ ਜੀ ਜੇ ਚੋਣ ਇਕੱਠੀ ਲੜੀ ਫਿਰ ਤਾਂ ਇੱਕ ਦੂਜੇ ਦੀ ਪ੍ਰਸ਼ੰਸਾ ਕਰਨਗੇ, ਕਿਉਂ ਕਰਨਗੇ ਜੀ? ਕੌਮਨ ਮਿਨੀਮਮ ਪ੍ਰੋਗਰਾਮ ਆ ਜਿਹੜਾ ਮੋਦੀ ਦੇ ਖਿਲਾਫ ਆ, ਇਹ ਕੌਮਨ ਮਿਨੀਮਮ ਪ੍ਰੋਗਰਾਮ ਦੇ ਹੱਕ ਚ ਲੜਨਗੇ, ਮੋਦੀ ਦੇ ਖਿਲਾਫ ਬੋਲਣਗੇ, ਇੱਕ ਦੂਜੇ ਨਾਲ ਫੀਸ ਆ ਜਾਣਾ ਮਹੀਨਾ ਦੋ ਮਹੀਨਾ, ਇਹਦੂ ਬਿਨਾਂ ਤਾਂ ਪਤਾ ਨਹੀਂ ਜੀ। ਬਿਲਕੁਲ ਬਿਲਕੁਲ। ਸੋ ਮਾਲੀ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਬਿਜੀ ਸ਼ਡਿਊਲ ਚੋਂ, ਧੰਨਵਾਦ। ਬਾਈ ਜੀ ਤੁਹਾਡਾ ਸ਼ੁਕਰੀਆ, ਕਿਸੇ ਲੋਕਾਂ ਨਾਲ ਤੁਸੀਂ ਮੇਰੇ ਵਿਚਾਰਾਂ ਦੀ ਸਾਂਝ ਪਾਈ ਆ, ਠੀਕ ਆ ਜੀ। ਨਹੀਂ ਦੇਖੋ ਮਾਲੀ ਸਾਹਿਬ ਲੋਕ ਤੁਹਾਨੂੰ ਦੇਖੋ ਵਿਚਾਰਾਂ ਦਾ, ਮੇਰੇ ਵਿਚਾਰਾਂ ਨਾਲ ਸਹਿਮਤ ਹੋਣਾ ਕੋਈ ਜ਼ਰੂਰੀ, ਪਰ ਮੇਰਾ ਸਵਾਲ ਹੈ ਸਵਾਦ ਕਰੋ ਜੀ। ਬਿਲਕੁਲ ਦੇਖੋ ਮਾਲੀ ਸਾਹਿਬ ਲੋਕ ਤੁਹਾਨੂੰ ਪਿਆਰ ਕਰਦੇ ਨੇ, ਤੁਹਾਡੀ ਵੀਡੀਓ ਪੋਸਟਾਂ ਨੂੰ ਬਹੁਤ ਪਿਆਰ ਦਿੰਦੇ ਨੇ, ਤੇ ਲੋਕ ਇਕੱਠ ਹੋ ਕੇ ਕਹਿੰਦੇ ਨੇ ਕਿ ਮਾਲਵਿੰਦਰ ਸਿੰਘ ਮਾਲੀ ਸੱਚ ਤੇ ਪਹਿਰਾ ਦਿੰਦੇ ਨੇ, ਸੱਚੀ ਗੱਲਬਾਤ ਕਰਦੇ ਨੇ, ਕਿਸੇ ਦਾ ਪੱਖ ਨਹੀਂ, ਜਿਹਦੀ ਸਹੀ ਗੱਲ ਹੈ ਉਹਨੂੰ ਸਹੀ ਠਹਿਰਾਉਂਦੇ ਨੇ, ਜਿਹਦੀ ਗਲਤੀ ਹੈ ਉਹ ਗਲਤੀ ਦੱਸਦੇ ਨੇ। ਸੋ ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਨੇ, ਸਾਨੂੰ ਤਾਂ ਫੋਨ ਕਰ ਕਰਕੇ ਪੁੱਛਦੇ ਨੇ ਕਿ ਮਾਲੀ ਸਾਹਿਬ ਨਾਲ ਪ੍ਰੋਗਰਾਮ ਹੁਣ ਤੁਸੀਂ ਕਦੋਂ ਕਰੋਗੇ ਜੀ। ਬਹੁਤ ਬਹੁਤ ਸ਼ੁਕਰੀਆ ਮਾਲੀ ਸਾਹਿਬ, ਧੰਨਵਾਦ। ਓਕੇ ਜੀ।